ਕਿੱਦਾਂ ਵੀਰੇ ਯਾਰ, ਇਹ ਵੀਡੀਓ ਸੀ ਐਂਟਰਟੇਨਮੈਂਟ ਵਾਸਤੇ, ਤੇ ਅੱਜ ਅਸੀਂ ਵੇਚਣੀ ਐਨਕ ਤੇ ਸ਼ੂਜ਼। ਕਿਆ ਬਾਤ ਵੀਰੇ, ਠੀਕ ਠਾਕ ਹੈ। ਮੈਂ ਤੁਹਾਡੇ ਬੜੇ ਅੱਛੇ ਬ੍ਰਾਂਡਿਡ ਬੂਟ ਲੈ ਕੇ ਆਇਆ ਵਾਂ। ਤੁਹਾਨੂੰ ਪੂਰੀ ਮਾਰਕੀਟ ਦੇ ਵਿੱਚ ਇੰਝ ਦੇ ਬੂਟ ਲੱਭਣੇ, ਮੇਰੀ ਦੁਕਾਨ ਤੇ ਹੈ ਨੇ ਬਸ। ਇੱਕ ਗੱਲ ਦੱਸਾਂ, ਇਹ ਨਵੇਂ ਬੂਟ ਆਏ ਨੇ, ਇਹ 2-3 ਸਾਲ ਤੇ ਕਿੱਧਰੇ ਨਹੀਂ ਜਾਣੇ। ਪੂਰੀ ਮਾਰਕੀਟ ਦੇ ਵਿੱਚ ਨਾ ਤੁਹਾਨੂੰ ਬੂਟ ਨਹੀਂ ਲੱਭਣੇ, 2-3 ਸਾਲ ਟੁੱਟਣੇ ਨਹੀਂ ਤੁਹਾਡੇ ਕੋਲ ਵੀ। ਸਭ ਤੋਂ ਪਹਿਲਾਂ ਯਾਰ ਨਹੀਂ ਜਾਂਦੇ ਯਾਰ, ਯਕੀਨ ਕਰਿਆ ਕਰੋ ਕਿਸੇ, ਤੁਸੀਂ ਯਕੀਨ ਹੀ ਨਹੀਂ ਕਰਦੇ, ਨਹੀਂ ਜਾਂਦੇ। ਠੀਕ ਹੈ, ਹੁਣ ਮੇਰੀ ਦੁਕਾਨ ਤੇ ਛੱਡ ਕੇ ਨਾ ਤੁਰ ਜਾਇਓ ਕਿਧਰੇ। ਠੀਕ ਛੱਡ ਕੇ ਨੀ। ਅੱਛਾ ਜੀ ਵੀਰੇ, ਨਹੀਂ ਛੱਡ ਕੇ ਜਾਂਦੇ, ਠੀਕ ਹੋ ਗਿਆ। ਤੇ ਜਿਹੜੀ ਮੈਂ ਤੁਹਾਨੂੰ ਐਨਕ ਦਿੱਤੀ ਸੀ, ਉਹ ਪਾ ਕੇ ਤੁਸੀਂ ਕੀ ਕਰਦੇ ਪਏ ਸੀ? ਵੀਰੇ ਉਧਰ ਤੇ ਇੱਧਰ ਕਿਉਂ ਵੇਖਣ ਡਿਆ ਸੀ? ਹੁਣ ਮੇਰੀ ਐਨਕ ਦੇ ਵਿੱਚ ਕੋਈ ਨੁਕਸ ਨਾ ਕੱਢਿਓ। ਹੁਣ ਵੇਖਿਆ ਸੀ ਮੈਂ ਤੁਹਾਨੂੰ ਗਾਣੇ ਵਿੱਚ, ਤੁਸੀਂ ਐਨਕ ਪਾਈ ਦੀ ਸੀ ਉੱਥੇ ਵੀ, ਤੇ ਹੁਣ ਤੁਸੀਂ ਜੁੱਤੀਆਂ ਤੇ ਐਨਕ ਮੇਰੀ ਲੈ ਤੇ ਲਈਆਂ ਨੇ, ਤੇ ਹੁਣ ਪੇਮੈਂਟ ਕਿੰਝ ਕਰ? ਅੱਛਾ ਜੀ, ਤੁਸੀਂ ਪਹਿਲਾਂ ਸਭ ਕੁਝ ਸੋਚ ਲਿਆ? ਇੱਥੇ ਕ੍ਰੈਡਿਟ ਕਾਰਡ ਬਿਲਕੁਲ ਨਹੀਂ ਚੱਲਣਾ। ਵੀਰੇ ਜਦੋਂ ਤੁਸੀਂ ਐਨਕ ਪਾਈ ਸੀ ਗਾਣੇ ਵਿੱਚ, ਤੇ ਕੋਈ ਪੁੱਛਦਾ ਨਹੀਂ ਐਨਕ ਕਿੱਥੋਂ ਲਿਆਂਦੀ ਹੈ? ਅੱਛਾ ਜੀ, ਇਹਦਾ ਮਤਲਬ ਫਿਰ ਮੇਰੇ ਐਨਕ ਲੋਕਾਂ ਨੂੰ ਪਸੰਦ ਆਈ। ਤੇ ਵੀਰੇ ਤੇਰੀ ਮਸ਼ੂਕ ਦਾ ਫੋਨ ਆਇਆ ਸੀ ਮੈਨੂੰ, ਤੇ ਉਹ ਕਹਿੰਦੀ ਮੈਨੂੰ ਜੁੱਤੀ ਲੈ ਦੇ ਸੋਹਣੇ ਆ, ਕੀ ਕਰਨਾ ਦੱਸੀ ਮੈਨੂੰ? ਮੈਂ ਡੁੱਬ ਕੇ ਕਿਉਂ ਮਰਾਂ ਵੀਰੇ? ਤੈਨੂੰ ਚੰਗੀ ਚੀਜ਼ ਦੇ ਨਵਾਂ, ਤੂੰ ਮੇਰਾ ਭਰਾ ਵੀ ਹੈ, ਤੂੰ ਮੇਰਾ ਯਾਰ ਵੀ ਹੈ ਮੈਂ, ਤੇ ਤੈਨੂੰ ਤਾਂ ਮੈਂ ਅਜੇ ਤੱਕ ਮੈਨੂੰ ਐਸਾ ਯਾਰ ਨਹੀਂ ਉਹ ਮਿਲਿਆ ਜਿਹਦੇ ਤੇ ਯਕੀਨ ਕਰਾਂ ਅੱਖਾਂ ਬੰਦ ਕਰਕੇ। ਬੜੇ ਮਿਲੇ ਮੈਨੂੰ ਦੋ ਸ਼ਕਲਾਂ ਵਾਲੇ। ਵੀਰੇ ਹੁਣ ਪਿੱਛੋਂ ਜਿੰਝ ਦਾ ਮਾਲ ਆਏਗਾ ਨਾ, ਅਸੀਂ ਉਂਝ ਸਮਾਨ ਰੱਖਣਾ ਦੁਕਾਨ ਦੇ ਉੱਤੇ, ਇੰਝ ਤੁਹਾਨੂੰ ਦੇਖੜੀ ਦਾ ਐਨ ਹੈ ਕਿ ਜੁੱਤੀਆਂ ਜਿਹੜੀ ਚੀਜ਼ ਆਉਂਦੀ ਤੁਹਾਨੂੰ ਇੰਝ ਦੇਖੜੀ ਦੀ ਹੈ। ਕਦੇ ਕਦੇ ਤਾਂ ਲੱਗਦਾ ਜੀਣ ਤੋਂ ਮਰਨਾ ਚੰਗਾ, ਮੈਂ ਨਾ ਹੁਣ ਜੀਣਾ ਰੱਬਾ ਲੈ ਜਾਵੇ ਹੱਥ ਫੜ ਕੇ। ਯਾਰ ਇਹ ਵੀਡੀਓ ਬਸ ਇੰਟਰਟੇਨਮੈਂਟ ਵਾਸਤੇ, ਕੋਈ ਭੈਣ ਭਰਾ ਥੱਲੇ ਉਜਲੂ ਕਮੈਂਟ ਨਾ ਲਿਖੇ, ਤੇ ਪਸੰਦ ਆਈ ਤੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਤੇ ਨੈਕਸਟ ਵੀਡੀਓ ਬਹੁਤ ਜਲਦੀ ਆ ਰਹੀ ਹੈ।